ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੇਰੇ ਵੀਰ ਭਾਰਤ ਜੀ ਜਾਖਾ ਜੀ ਨੇ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਉਹਨਾਂ ਸਿੱਖਾਂ ਨੂੰ ਸਮਰਪਿਤ ਹੈ ਜੋ 1984 ਦੇ ਵਿੱਚ ਸ਼ਹੀਦ ਹੋਏ ਜਾਂ ਨਿਰਦੋਸ਼ ਸਿੱਖਾਂ ਨੂੰ ਜਾਨ ਤੋਂ ਮਾਰਿਆ ਗਿਆ। ਕਿਉਂਕਿ ਨਿਰਦੋਸ਼ ਹੋਣਾ ਹੀ ਸਿੱਖ ਦਾ ਦੋਸ਼ ਹੈ, ਨਿਰਦੋਸ਼ ਹੋਣਾ ਹੀ ਸਿੱਖ ਦਾ ਦੋਸ਼ ਹੈ। ਸਿੱਖ ਆਪਣੇ ਹੀ ਦੇਸ਼ ਵਿੱਚ ਖਾਨਾ ਵਿਦੋਸ਼ ਹੈ। ਕਿਸੇ ਨੂੰ ਫਿਕਰ ਨਹੀਂ ਆਉਣ ਵਾਲੇ ਕੱਲ੍ਹ ਦਾ, ਕੁਰਸੀਆਂ ਦੀ ਦੌੜ ਵਿੱਚ ਲੀਡਰ ਮਦਹੋਸ਼ ਹੈ। ਲੱਖ ਤੋਂ ਜ਼ਿਆਦਾ ਖਾ ਲਏ 78-84 ਨੇ, ਗੱਲ ਉੱਥੇ ਦੀ ਉੱਥੇ, ਇਹੀ ਸੱਜਣ ਨੂੰ ਰੋਸ ਹੈ। ਖਾਲਸਾ ਜੀ, ਬੇਜ਼ਾਰੀਆਂ, ਲਚਾਰੀਆਂ, ਬਦਨਾਮੀਆਂ, ਦੁਸ਼ਵਾਰੀਆਂ ਅੱਜ ਸਾਡੇ ਹੀ ਲੇਖੀ ਕਿਉਂ ਆਈਆਂ? ਇਹ ਸਾਰੀਆਂ ਵਾਰੇ ਜਿਨ੍ਹਾਂ ਲਈ ਸੀਸ ਚਲਵਾਈਆਂ ਸਿਰਾਂ 'ਤੇ ਆ ਰਹੀਆਂ, ਲਾਉਣ ਸਾਡੇ ਹੀ ਖੂਨ ਵਿੱਚ ਉਹ ਹੱਸ ਹੱਸ ਤਾਰੀਆਂ। ਕੁਝ ਸੋਚੀਏ, ਪੜਤਾਲੀਏ, ਰਲ ਲੱਭੀਏ ਇਸ ਦੀ ਵਜ੍ਹਾ, ਅਸਾਂ ਜਿੱਤ ਕੇ ਹੀ ਸਦਾ ਸਭ ਬਾਜ਼ੀਆਂ ਕਿਉਂ ਹਾਰੀਆਂ? ਲੜਦੇ ਰਹੇ ਆਪਸ ਹੀ ਜੇ ਨਾ ਸੰਭਲੇ ਹੁਣ ਵੀ ਅਗਰ ਇਤਿਹਾਸ ਬਣ ਜਾਣੀਆਂ। ਇਹ ਵੇਖਿਓ ਸਰਦਾਰੀਆਂ, ਕਿਉਂਕਿ ਜਿਸ ਮੁਲਕ ਲਈ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਉਸ ਮੁਲਕ ਨੇ ਸਾਡੇ ਨਾਲ ਕੀ ਕੀਤਾ, ਤੁਹਾਡੇ ਸਾਹਮਣੇ ਹੈ। ਤਾਰਾ ਸਿੰਘ ਹੇਅਰ ਜੋ ਇੰਡੋ ਕੈਨੇਡੀਅਨ ਦੇ ਸੰਪਾਦਕ ਸਨ, ਉਹਨਾਂ ਦੀ ਪੁਸਤਕ ਮਹਾਨ ਸ਼ਖਸੀਅਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੱਲੋਂ ਬਾਰੇ ਲਿਖੀ, ਅਤੇ ਉਹਦੇ 'ਚੋਂ ਕੁਛ ਅੰਕੜੇ ਉਹਨਾਂ ਦੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਕਿਉਂਕਿ ਫਾਂਸੀ 'ਤੇ ਚੜ੍ਹੇ ਕੁੱਲ ਹਿੰਦੁਸਤਾਨ ਦੀ ਆਜ਼ਾਦੀ ਲਈ 121 ਲੋਕਾਂ ਵਿੱਚੋਂ 73 ਸਿੱਖ ਸਨ। ਬਾਜਵਾਈ ਘਾਟ 'ਤੇ ਮੌਤ ਘਾਟ 'ਤੇ ਮੌਤ ਦੇ ਘਾਟ ਉਤਾਰੇ ਗਏ 113 ਸਿੱਖਾਂ ਵਿੱਚ ਬੰਦਿਆਂ ਵਿੱਚੋਂ 67 ਸਿੱਖ ਸਨ। ਜਲਿਆਂਵਾਲੇ ਬਾਗ ਵਿੱਚ 1302 ਲੋਕ ਸ਼ਹੀਦ ਹੋਏ, ਜਿਨ੍ਹਾਂ ਤੋਂ ਸਿੱਖਾਂ ਦੀ ਗਿਣਤੀ 799 ਸੀ। ਅਤੇ ਕਾਲੇ ਪਾਣੀ ਅੰਡੇਮਾਨ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ 2646 ਲੋਕਾਂ ਵਿੱਚੋਂ 2147 ਸਿੱਖ ਸਨ। ਆਜ਼ਾਦ ਹਿੰਦ ਫੌਜ ਦੇ ਸਰਲਸ 20,000 ਦੀ ਫੌਜ ਵਿੱਚ 12,000 ਸਿੱਖ ਸੀ। ਅਤੇ ਮੇਰੀ ਕਵਿਤਾ ਵੀ 1984 ਨੂੰ ਸਮਰਪਿਤ ਹੈ, ਅਤੇ ਇਸਦਾ ਹੈਡਿੰਗ ਵੀ ਮੈਂ ਸਾਲ 84 ਦਾ ਰੱਖਿਆ। ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ, ਭੁੱਲਣਾ ਸਾਲ 84 ਦਾ, ਸੀਨੇ 'ਚ ਅੱਗ ਬਾਲ ਗਿਆ ਹਰ ਸਿੱਖ ਦੇ ਸਾਲ 84 ਦਾ। ਹਰਿਮੰਦਰਾਂ 'ਤੇ ਕੀਤਾ ਕਬਜ਼ਾ, ਸਿਰਫ ਹਰਿਮੰਦਰ ਸਾਹਿਬ 'ਤੇ ਨਹੀਂ ਸਗੋਂ ਸਿੱਖੀ ਗੁਰਦੁਆਰੇ ਸਾਡੇ ਹੋਰ ਵੀ ਸੀ, ਅਤੇ ਮਾੜੀ ਗੱਲ ਇਹ ਕਿ ਮਾਰਨ ਵਾਲੇ ਸਾਡੇ ਕੋਈ ਹੋਰ ਨਹੀਂ, ਸਾਡੇ ਆਪਣੇ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਬਰਾੜ ਸਨ, ਅਤੇ ਦੂਜੇ ਪਾਸੇ ਕੇ ਕੁਲਦੀਪ ਸਿੰਘ ਬਰਾੜ ਜਨਰਲ ਦਾ ਮੁਖੀ ਜਨਰਲ ਸੀ ਜਿਹੜਾ ਫੌਜ ਦਾ ਮੁਖੀ। ਸੋ ਹਰਿਮੰਦਰਾਂ 'ਤੇ ਕੀਤਾ ਹਮਲਾ, ਜਦ ਸੀ ਹਿੰਦ ਹਕੂਮਤ ਨੇ ਆਪਣਿਆਂ ਤੋਂ ਆਪਣੇ ਹੀ ਮਰਵਾ ਗਿਆ ਸਾਲ 84 ਦਾ। ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ, ਭੁੱਲਣਾ ਸਾਲ 84 ਦਾ, ਸੀਨੇ 'ਚ ਅੱਗ ਬਾਲ ਗਿਆ ਹਰ ਸਿੱਖ ਦੇ ਸਾਲ 84 ਦਾ। ਨਿਰਦੋਸ਼ਾਂ ਦੇ ਖੂਨ ਨਾਲ ਉਹਨਾਂ ਪਰਕਰਮਾਂ ਰੰਗ ਦਿੱਤੀਆਂ, ਨਿਰਦੋਸ਼ਾਂ ਦੇ ਖੂਨ ਨਾਲ ਉਹਨਾਂ ਪਰਕਰਮਾਂ ਰੰਗ ਦਿੱਤੀਆਂ, ਸਿੱਖ ਹਿਰਦੇ ਗਿਆ ਬਲੂੰਗਰ ਸਾਡੇ ਸਾਲ 84 ਦਾ। ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ,
19 ਸਾਲ 84 ਦਾ ਦਿੱਲੀ ਦੇ ਵਿੱਚ ਅਣਖੀ ਸਿੰਘਾਂ ਇੰਦਰਾ ਸੋਧ ਦਿੱਤੀ ਦਿੱਲੀ ਦੇ ਵਿੱਚ ਅਣਖੀ ਸਿੰਘਾਂ ਇੰਦਰਾ ਸੋਧ ਦਿੱਤੀ ਦਿੱਤਾ ਸੀ ਜਿਸ ਹੁਕਮ ਫੌਜ ਨੂੰ ਸਿੱਖਾਂ ਵਿਰੁੱਧ 84 ਦਾ ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ 19 ਸਾਲ 84 ਦਾ ਖੁਦ ਖਪ ਸਾਬਦੀ ਲੈਣ ਗਏ ਦੀ ਸਿੰਘਾਂ ਭਾਜੀ ਮੋੜ ਖੁਦ ਸਾਬਦੀ ਲੈਣ ਗਏ ਦੀ ਸਿੰਘਾਂ ਭਾਜੀ ਮੋੜ ਦਿੱਤੀ ਵੈਦਿਆ ਤੋਂ ਲੈ ਬਦਲਾ ਸਿੰਘਾਂ ਤੋਰੇ ਦਾ 84 ਦਾ ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ 19 ਸਾਲ 84 ਦਾ ਸੀਨੇ ਚੋਂ ਅੱਗ ਬਾਲ ਗਿਆ ਹਰ ਸਿੱਖ ਦੇ ਸਾਲ 84 ਦਾ ਅਪਲਾ ਦੀਆਂ ਇੱਜ਼ਤਾਂ ਲੁੱਟ ਗਏ ਅਪਲਾ ਦੀਆਂ ਇੱਜ਼ਤਾਂ ਲੁੱਟ ਗਿਆ ਸਾਡੀ ਉੱਲੀ ਚੁੱਲੀ ਸੜ ਗਿਆ ਬੱਚਿਆਂ ਨੂੰ ਕੋਹ ਕੋਹ ਮਾਰ ਗਿਆ ਸਾਡੇ ਸਾਲ 84 ਦਾ ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ 19 ਸਾਲ 84 ਦਾ ਸੀਨੇ ਚਾਰ ਗਵਾਲ ਗਿਆ ਹਰ ਸਿੱਖ ਦੇ ਸਾਲ 84 ਦਾ ਕਈ ਚਿੱਲਣ ਹੋਂਦ ਉਜਾੜ ਗਿਆ ਸਾਡੇ ਜਿਉਂਦੇ ਸਾਹ ਪਰਵਾਲ ਗਿਆ ਸਾਡੇ ਖੂਨ ਦੀ ਬਦਲ ਪਸੀਰ ਗਿਆ ਲੋਕੋ ਇਹ ਸਾਲ 84 ਦਾ ਸਿੱਖ ਕੌਮ ਨੂੰ ਕਦੇ ਨਹੀਂ ਭੁੱਲਣਾ 19 ਸਾਲ 84 ਦਾ ਸੀਨੇ ਚਾਰ ਗਵਾਲ ਗਿਆ ਹਰ ਸਿੱਖ ਦੇ ਸਾਲ 84 ਧਾਇਆ ਪਹਿਲਾਂ ਹਰਿਮੰਦਰ ਤਾਇਰ ਗੱਲ ਪਾਏ ਫੇਰ ਮੁਕਾਬਲੇ ਬਣਾਏ ਦੱਸ ਕਿੱਦਾਂ ਇਹ ਸਹਿਣਗੇ ਫੁੱਟ ਦਿੱਤੇ ਦਾਲੀ ਕੇਸ ਫਾਂਸੀਆਂ ਤੇ ਟੰਗ ਦਿੱਤੇ ਦਿੱਲੀ ਹੋਏ ਗੈਂਗ ਰੇਪ ਕਿਹੜੇ ਖਾਤੇ ਪੈਣਗੇ ਅਕਾਲ ਦੇ ਪੁਜਾਰੀ ਜਿਹੜੇ ਬਘੇਲ ਸਿੰਘ ਬਾਬੇ ਜਿਹੇ ਜ਼ੁਲਮ ਨੂੰ ਮੁਕਾਉਣ ਤੱਕ ਤੇਰੇ ਨਾਲ ਖਹਿਣਗੇ ਹੱਕ ਨਾ ਜੇ ਮਿਲੇ ਦੀਪ ਸਾਰੇ ਹਿਲੇ ਗਏ ਦੇ ਵੀ ਵਾਰਸ ਜੁਝਾਰਦੇ ਤਲਵਾਰ ਚੁੱਕ ਲੈਣ ਕਿ ਵੇਖਾਂ ਅਣਖ ਲਈ ਖੌਲ ਦਾ ਖੂਨ ਤੇਰਾ ਜਾਂ ਫਿਰ ਕੌਮ ਦੇ ਹਰਨ ਹੋਏ ਚੀਰ ਵੇਖਾਂ ਵੇਖਾਂ ਅਣਖ ਲਈ ਖੌਲ ਦਾ ਖੂਨ ਤੇਰਾ ਜਾਂ ਫਿਰ ਕੌਮ ਦੇ ਹਰਨ ਹੋਏ ਚੀਰ ਵੇਖਾਂ ਤੇਰੀਆਂ ਅੱਖਾਂ ਚੋਂ ਕੌਮ ਦਾ ਦਰਦ ਨਿੰਦਾ ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ ਸੁਖਵਿੰਦਰ ਸਿੰਘ ਜੀ ਕੰਮ ਅਤੇ ਹੁਣ ਮੈਂ ਪਰਮਜੀਤ ਸਿੰਘ ਦਾਖਾ ਜੀ ਉਹਨਾਂ ਨੂੰ ਬੇਨਤੀ ਕਰਦਾ ਅਤੇ ਬਾਕੀ ਸਹਿਯੋਗ ਸਟੇਜ 'ਤੇ ਬੈਠੇ ਨੇ ਕਿ ਵਰਲਡ ਸਿੱਖ ਕੌਂਸਲ ਵੱਲੋਂ ਇੱਕ ਬਰੋਚਰ ਜਾਰੀ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ
ਸ਼ਹਾਦਤ ਇੱਕ ਪਾਕ ਰੁਤਬਾ ਹੈ, ਪਰ ਹਰ ਸ਼ਹਾਦਤ ਤੋਂ ਪਹਿਲਾਂ ਬਾਗੀ ਜਾਂ ਅੱਤਵਾਦੀ ਕਿਉਂ? ਗੁਰੂ ਦਸ਼ਮੇਸ਼ ਬਾਗੀ, ਨਰੂਆ ਵੀਰ ਬਾਗੀ, ਸਾਡਾ ਬਾਗੀ ਹੈ ਪੰਥ ਪਰਿਵਾਰ ਸਿੰਘ, ਉਹ ਸਾਡਾ ਖੂਨ ਬਾਗੀ, ਸਾਡੀ ਜਾਤ ਬਾਗੀ, ਸਾਡਾ ਬਾਗੀਆਂ ਨਾਲ ਵਿਹਾਰ ਸਿੰਘ, ਉਹ ਬਾਗੀ ਨਾਮ ਸਾਡਾ ਜੰਮੇ ਬਾਗੀਆਂ ਦੇ, ਸਾਡਾ ਬਾਗੀਆਂ ਨਾਲ ਪਿਆਰ ਸਿੰਘ, ਉਹ ਊਧਮ ਸਿੰਘ ਬਾਗੀ, ਭਗਤ ਸਿੰਘ ਬਾਗੀ, ਸਾਡਾ ਬਾਗੀ ਸੀ ਸਰਾਭਾ ਕਰਤਾਰ ਸਿੰਘ, ਉਹ ਅਸੀਂ ਰਾਜੇ ਜਾਂ ਬਾਗੀ ਸੁਖਦੀਪ ਸਿੰਘਾਂ, ਕੰਬਦੀ ਬਾਗੀਆਂ ਤੋਂ ਸਦਾ ਸਰਕਾਰ ਸਿੰਘ, ਉਹ ਕੰਬਦੀ ਬਾਗੀਆਂ ਤੋਂ ਸਦਾ ਸਰਕਾਰ ਸਿੰਘ।